ਸਰਬਜੀਤ ਸਿੰਘ ਖਾਲਸਾ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਖਾਲਸਾ ਸਾਹਿਬ, ਪਹਿਲਾ ਮਿਸ਼ਨ ਤਾਂ ਕਾਮਯਾਬ ਹੋ ਗਿਆ, ਤੁਸੀਂ ਪੂਰਾ ਜ਼ੋਰ ਅਜਮਾਇਸ਼ ਵੀ ਕੀਤੀ ਸੀਗੀ ਕਿ ਅੰਮ੍ਰਿਤਪਾਲ ਜਲਦ ਤੋਂ ਜਲਦ ਓਥ ਲੈਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਪਹਿਲਾ ਏਮ ਨਾ ਸਾਡਾ ਇਹੀ ਸੀ ਬਈ ਬਾਈ ਜੀ ਨਾ ਓਥ ਲੈਣ ਸਭ ਤੋਂ ਪਹਿਲਾਂ ਦਾ, ਕਿਉਂਕਿ ਗੱਲ ਇਹ ਹੁੰਦੀ ਹੈ ਵੀ ਕੋਈ ਟਾਈਮ ਪੀਰੀਅਡ ਹੁੰਦਾ ਹੈ ਥੋੜ੍ਹੀ ਦੇਰ ਦਾ, ਅਤੇ ਉਹਦੇ ਵਿੱਚ ਵਿੱਚ ਓਥ ਲੈਣੀ ਹੁੰਦੀ ਹੈ, ਨਹੀਂ ਤਾਂ ਤੁਹਾਡੀ ਮੈਂਬਰਸ਼ਿਪ ਕੈਂਸਲ ਹੋ ਜਾਏਗੀ। ਬਾਕੀ ਤੁਹਾਨੂੰ ਪਤਾ ਸਰਕਾਰਾਂ ਦਾ, ਜੇ ਲਟਕਾਉਣ 'ਤੇ ਆ ਜਾਣ ਫਿਰ ਤਾਂ ਲਟਕਾਈ ਜਾਂਦੀ ਹੈ, ਆਪਾਂ ਕਰ ਕੁਛ ਨਹੀਂ ਸਕਦੇ, ਆਪਾਂ ਉਨੀ ਪ੍ਰੈਸ਼ਰਾਈਜ਼ ਕਰ ਸਕਦੇ ਹਾਂ ਬਸ। ਹੁਣ ਇਹ ਸੀ, ਮੈਂ ਕਈ ਵਾਰੀ ਗੇੜੇ ਗੂੜੇ ਮਾਰੇ ਉਹਨਾਂ ਦੇ, ਦੱਤਾ ਜੀ ਦੇ, ਫਿਰ ਬਿਰਲਾ ਜੀ ਦੇ, ਉਹਨਾਂ ਦੇ ਪਰਸਨਲ ਸੈਕਟਰੀ ਹੈ। ਫਿਰ ਉਹਨਾਂ ਨੇ ਮੈਨੂੰ ਕਿਹਾ ਉਸ ਦਿਨ 2 ਤਰੀਕ ਨੂੰ ਦੱਸਿਆ ਵੀ ਅਸੀਂ 5 ਤਰੀਕ ਨੂੰ ਚੁਕਾ ਰਹੇ ਹਾਂ, ਕਿਉਂਕਿ ਮੈਂ ਪਹਿਲਾਂ ਵੀ ਨਾ ਇਹਨਾਂ ਨੂੰ ਗਿਆ ਸੀ, ਮੈਂ 2-3 ਵਾਰੀ ਜਾ ਕੇ ਮਿਲਿਆ ਪਾਰਲੀਮੈਂਟ ਦੇ ਵਿੱਚ, ਅਤੇ ਪਹਿਲਾਂ ਤਾਂ ਇਹ ਕਰੀ ਗਏ ਜੀ ਬੁਲਾਏਂਗੇ, 1-2 ਦਿਨ ਮੈਂ ਬੁਲਾਏਂਗੇ। ਮੈਂ ਕਿਹਾ ਜੀ ਐਵੇਂ ਨਹੀਂ ਗੱਲ ਬਣਨੀ, ਤੁਸੀਂ ਬੁਲਾਓ ਨਹੀਂ ਤਾਂ ਫਿਰ ਰਿਵੋਲਟ ਹੋਊਗਾ, ਹੈ ਨਾ। ਅੱਜ ਪਰਿਵਾਰ ਮਿਲ ਪਾਏਗਾ ਜਾਂ ਤੁਸੀਂ ਮਿਲ ਪਾਓਗੇ? ਹਾਂਜੀ, 1 ਘੰਟੇ ਦਾ ਟਾਈਮ ਹੈਗਾ ਇਹ ਮਿਲਣ ਦਾ। ਹਾਂ, ਮਿਲਣ ਵਾਸਤੇ ਕੌਣ ਕੌਣ ਮਿਲੇਗਾ, ਕਿੰਨੇ ਵਜੇ ਔਰ ਕੌਣ ਕੌਣ, ਕੀ ਕੀ ਕਿਵੇਂ ਰਹੇਗਾ ਪ੍ਰੋਗਰਾਮ? ਇਹ ਤਾਂ ਸ਼ੋਰ ਹੈ ਵੀ ਬਾਪੂ ਜੀ ਤਾਂ 100% ਮਿਲਣਗੇ, ਅਤੇ ਚਾਚਾ ਜੀ ਬਾਰੇ ਆ, ਵੈਸੇ ਤਾਂ 5 ਫੈਮਿਲੀ ਮੈਂਬਰ ਅਲਾਊਡ ਹੁੰਦੇ ਆ, ਬਾਕੀ ਦੇਖੋ ਇਹ ਕਿੰਨੇ ਕਰਦੇ। ਤੁਸੀਂ ਮਿਲੋਗੇ, ਤੁਹਾਡੀ ਮੁਲਾਕਾਤ ਹੋਈ? ਹਾਂ, ਮੈਂ ਮਿਲੂੰਗਾ ਜੀ। ਦੂਸਰਾ ਵੀ ਇਹ ਕਿ ਹੁਣ ਜਿਮਨੀ ਚੋਣ ਆ ਰਹੀ ਹੈ, SGPC ਦੀਆਂ ਚੋਣਾਂ ਆ ਰਹੀਆਂ ਨੇ, ਕੀ ਇਸੇ ਲਈ ਕੋਈ ਨਵੀਂ ਪਾਰਟੀ ਬਣਾ ਕੇ ਇਲੈਕਸ਼ਨ ਲੜੀ ਜਾਏਗੀ ਜਾਂ ਆਜ਼ਾਦ ਉਮੀਦਵਾਰ ਖੜੇ ਕਰਕੇ ਇਲੈਕਸ਼ਨ ਲੜੀ ਜਾਏਗੀ? ਇਹ ਮੈਂ ਜੀ ਅੱਜ ਹੀ ਹੁਣ ਸਲਾਹ ਕਰੂੰਗਾ ਭਾਈ ਸਾਹਿਬ ਨਾਲ ਬਈ ਆਪਾਂ ਅੱਗੇ ਫਰਦਰ ਕੀ ਕਰਨਾ ਹੈ, ਕੀ ਆਪਾਂ ਨੂੰ ਕਰਨਾ ਚਾਹੀਦਾ ਹੈ, ਤੇ ਅੱਜ ਮੈਂ ਸਾਰੀ ਗੱਲ ਉਹਨਾਂ ਨਾਲ ਕਲੀਅਰ ਕਰਕੇ ਫਿਰ ਦੱਸਾਂਗੇ। ਅਜੇ ਕਲੀਅਰ ਨਹੀਂ ਹੈ ਕਿ SGPC ਦੀ ਚੋਣ ਲੜਨੀ ਹੈ ਜਾਂ ਮੈਂ ਇਕੱਲਾ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ, ਤੇ ਮੈਂ ਕਹਿਣਾ ਚਾਹੁੰਦਾ ਬਈ ਆਪਾਂ ਅਸੀਂ ਰਲ ਕੇ ਹੀ ਕਰੀਏ ਜੋ ਕਰਨਾ ਹੈ, ਕਿਉਂਕਿ ਮਸਾਂ ਕੌਮ ਨੇ ਮੌਕਾ ਦਿੱਤਾ ਮਹਾਰਾਜ ਨੇ, ਹੈ ਨਾ। ਮੈਂ ਚਾਹੁੰਦਾ ਬਈ ਲੋਕਾਂ ਨੂੰ ਇਹ ਲੱਗੇ ਬਈ ਪੰਥ ਇਕੱਠਾ ਹੈ, ਹੈ ਨਾ, ਬਈ ਜਿਹੜੇ ਪੰਥ ਦੇ 1-2 ਅਸੀਂ ਲੀਡਰ ਹੈ ਅਸੀਂ ਇਕੱਠੇ। ਅਕਾਲੀ ਦਲ ਜਿਵੇਂ SGPC ਅਕਾਲੀ ਦਲ ਦੇ ਮੈਂਬਰ ਹੀ ਜਿੱਤੇ ਆਏ ਨੇ, ਤੁਸੀਂ 2 ਬੰਦੇ ਉੱਥੇ ਜਾ ਕੇ SGPC ਜਿੱਤ ਸਕੋਗੇ, ਤੁਹਾਨੂੰ ਲੱਗਦਾ ਕਿ ਉਹ ਨੌਜਵਾਨ ਅੱਗੇ ਆ ਸਕਣਗੇ? ਬਿਲਕੁਲ ਆਉਣਗੇ ਜੀ, ਕਿਉਂ ਨਹੀਂ ਆਉਣਗੇ। ਹੁਣ ਤੁਸੀਂ ਅਕਾਲੀ ਦਲ ਤਾਂ ਦੇਖ ਹੀ ਰਹੇ ਹੋ ਕੀ ਹਾਲ ਹੈ ਸਟਰਕਚਰ ਦਾ, ਨਹੀਂ ਬਿਲਕੁਲ ਕੌਮ ਸਾਨੂੰ ਇਹ ਮੌਕਾ ਦੇਵੇਗੀ, ਇਸ ਵਾਰੀ ਪੱਕਾ ਦੇਵੇਗੀ ਮੌਕਾ। ਮਨਜਿੰਦਰ ਸਿਰਸਾ BJP ਦੇ ਜਿਹੜੇ ਆਗੂ ਨੇ ਉਹ ਕਹਿੰਦੇ ਕਿ ਅਕਾਲੀ ਦਲ ਨੂੰ ਲੋਕ ਪਸੰਦ ਨਹੀਂ ਕਰ ਰਹੇ, ਇਸੇ ਵਜ੍ਹਾ ਕਰਕੇ ਖਾਲਸਾ ਜਿੱਤ ਗਏ, ਇਸੇ ਵਜ੍ਹਾ ਕਰਕੇ ਅੰਮ੍ਰਿਤਪਾਲ ਜਿੱਤ ਗਏ। ਇਹ ਕਿਤੇ ਨਾ ਕਿਤੇ ਸਿੱਖਾਂ ਨੇ ਵਿਕਲਪ ਲੱਭੇ ਨੇ, ਅੰਮ੍ਰਿਤਪਾਲ ਨੂੰ ਜਾਂ ਖਾਲਸਾ ਨੂੰ ਜਿਤਾਉਣਾ ਔਰ ਅਕਾਲੀ ਦਲ ਨੂੰ ਨਕਾਰ ਦੇਣਾ। ਗੱਲ ਪਤਾ ਕੀ ਹੈ ਜੀ, ਮੈਂ ਤੁਹਾਨੂੰ ਦੱਸਾਂ ਬਈ ਅਕਾਲੀ ਦਲ ਦਾ ਤਾਂ ਤੁਸੀਂ ਦੇਖ ਹੀ ਰਹੇ ਹੋ, ਉਹਦੇ ਵਿੱਚ ਇਹ ਹੁੰਦਾ ਵੀ ਜਿਹੜੀ ਸਿੱਖ ਵੋਟ ਹੈ ਨਾ, ਉਹਨੇ ਨਾ ਕਾਂਗਰਸ ਨੂੰ ਪੈਣਾ ਨਾ ਝਾੜੂ ਨੂੰ ਪੈਣਾ, ਉਹਨੇ ਸਿੱਖਾਂ ਕੋਲ ਹੀ ਰਹਿਣਾ। ਪਹਿਲਾਂ ਉਹ ਅਕਾਲੀ ਦਲ ਕੋਲ ਸੀ, ਉਹ ਹੁਣ ਸ਼ਿਫਟ ਹੋ ਗਈ ਸਾਡੇ ਕੋਲ ਆ ਗਈ, ਕਿਉਂਕਿ ਇਹ ਹਰੇਕ ਫਰੰਟ 'ਤੇ ਫੇਲ ਹੋ ਗਏ ਆ। ਜਿਹੜਾ ਇਹਨਾਂ ਦਾ ਨਮੋਸ਼ੀ ਵਾਲਾ ਰਿਜ਼ਲਟ ਆ ਰਿਹਾ, ਕੋਈ 1 ਵਾਰ ਦਾ ਨਹੀਂ ਹੈ, ਕਈ ਇਲੈਕਸ਼ਨਸ ਹੋ ਗਏ ਇਹ 0 'ਤੇ ਹੀ ਹੈ। ਹੁਣ ਦੇਖ ਲਓ ਤੁਸੀਂ MLA 'ਚ ਵੀ 1 ਕੈਂਡੀਡੇਟ ਜਿੱਤਿਆ ਸੀ, ALE ਜੀ, ਉਹ ਜਿੱਤੇ ਆ, ਉਹ ਵੀ ਆਪਣੀ ਕ੍ਰੈਡੀਬਿਲਟੀ ਕਰਕੇ ਜਿੱਤੇ, ਉਹਦੇ 'ਚ ਪਾਰਟੀ ਦਾ ਕੋਈ ਰੋਲ ਨਹੀਂ ਹੈ। ਤੁਹਾਡੀ ALE ਹਰਾਣਾ ਜਾਂ ਕਿਸੇ ਨਾਲ ਗੱਲਬਾਤ ਚੱਲਦੀ? ਮੇਰੀ ਕਦੀ ਗੱਲ ਨਹੀਂ ਹੋਈ, ਮੈਂ ਵੀ ਤੁਹਾਨੂੰ ਕਹਿ ਦੇਵਾਂ, ਨਹੀਂ ਮੈਨੂੰ ਨਾ ਕਦੀ ਮਿਲੇ ਆ ਨਾ ਮੇਰੀ ਕਦੀ। ਅੰਮ੍ਰਿਤਪਾਲ ਨੂੰ ਲੈ ਕੇ ਕਈ ਸਾਰੇ ਸਵਾਲ ਉੱਠਦੇ ਸੀਗੇ ਜਿਹੜੇ ਤੁਹਾਡੇ ਵਿਰੋਧੀ ਲੀਡਰ ਨੇ, ਉਹ ਕਹਿੰਦੇ ਕਿ ਪੰਜਾਬ ਨੂੰ ਤੋੜਨ ਦਾ ਕੰਮ ਕਰਦੇ ਆ, ਖਾਲਿਸਤਾਨ ਬਣਾਉਣ ਦਾ ਜ਼ਿਕਰ ਕਰਦੇ ਨੇ।
ਨਹੀਂ ਜੀ, ਮੈਂ ਕਦੇ ਵੀ ਖਾਲਿਸਤਾਨ ਦੀ ਹਾਲੇ ਤੱਕ ਕੋਈ ਐਸਾ ਬਿਆਨ ਨਹੀਂ ਦਿੱਤਾ ਭੜਕਾਊ ਵੀ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਮੈਂ ਜੋ ਵੀ ਗੱਲ ਕਰੂੰਗਾ ਮੈਂ ਟੇਬਲ ਟਾਕ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਅਸੀਂ ਡੈਮੋਕਰੇਟਿਕ ਵੇ ਨਾਲ ਗੱਲ ਕਰਾਂਗੇ, ਜੋ ਵੀ ਕਰਾਂਗੇ, ਜੋ ਵੀ ਸਾਡੀਆਂ ਮੰਗਾਂ ਹੈ ਅਸੀਂ ਟੇਬਲ 'ਤੇ ਬਹਿ ਕੇ ਮੰਗਾਂਗੇ। ਖਾਲਿਸਤਾਨ ਦੀ ਮੰਗ ਹੈ ਜਾਂ ਨਹੀਂ? ਖਾਲਿਸਤਾਨ ਦੀ ਮੰਗ ਤੁਸੀਂ ਇਹ ਲਾ ਲਓ ਵੀ ਪਹਿਲਾਂ ਤਾਂ ਮੈਂ ਇਹ ਚਾਹੁੰਦਾ ਵੀ ਅਸੀਂ ਪੰਜਾਬ ਦਾ ਭਲਾ ਕਰੀਏ, ਪੰਜਾਬ ਦਾ ਭਲਾ ਕਰੀਏ ਅਤੇ ਲੋਕਾਂ ਨੂੰ ਪਹਿਲਾਂ ਤਾਂ ਸਾਡੇ 'ਤੇ ਵਿਸ਼ਵਾਸ ਹੋਵੇ ਨਾ ਬਈ ਇਹ ਜਿਹੜੇ ਅਸੀਂ ਹੁਣ ਬੰਦੇ ਚੁਣੇ ਹੈ ਇਹ ਘੱਟੋ ਘੱਟ ਜੋ ਸਾਡਾ ਕਰਨਗੇ ਚੰਗਾ ਹੀ ਕਰਨਗੇ, ਨੁਕਸਾਨ ਨਹੀਂ ਕਰਨਗੇ। ਖਾਲਿਸਤਾਨ ਦੀ ਮੰਗ ਹੈ ਜਾਂ ਨਹੀਂ ਹੈ? ਨਹੀਂ, ਉਹ ਤਾਂ ਬਣਨਾ ਚਾਹੀਦਾ ਜਾਂ ਨਹੀਂ ਬਣਨਾ? ਜਦੋਂ ਕੌਮ ਸਾਡੇ 'ਤੇ ਵਿਸ਼ਵਾਸ ਕਰੂਗੀ ਫਿਰ ਅਸੀਂ ਕੌਮ ਦੇ ਅੱਗੇ ਵਿਕਲਪ ਰੱਖਾਂਗੇ, ਆਪਣੇ ਸੁਝਾਅ ਰੱਖਾਂਗੇ, ਜੇ ਕੌਮ ਪ੍ਰਵਾਨਗੀ ਦਊਗੀ ਫਿਰ ਅਸੀਂ ਇਹ ਜ਼ਰੂਰ ਮੁੱਦਾ ਚੱਕਾਂਗੇ। ਦੂਸਰਾ ਵੀ ਇਹ ਕਿ ਇਲਜ਼ਾਮ ਅੰਮ੍ਰਿਤਪਾਲ ਹੋਰਾਂ 'ਤੇ ਵਿਰੋਧੀਆਂ ਨੇ ਇਹ ਵੀ ਲਗਾਏ ਕਿ ਇਹ ਤਾਂ RSS ਇਸ ਦੇ ਪਿੱਛੇ ਹੈ। ਕੀ ਕਹੀਏ ਜੀ, ਹੁਣ ਕਿਸੇ ਦਾ ਮੂੰਹ ਫੜ ਤਾਂ ਨਹੀਂ ਸਕਦੇ। ਹਾਂ, ਡੈਮੋਕ੍ਰੇਸੀ ਆ, ਕੋਈ ਕੁਛ ਵੀ ਕਹਿ ਸਕਦਾ ਹੈ ਪਿੱਛੇ ਜਾਂ ਨਹੀਂ। ਕਹੀ ਜੀਆਂ ਗੱਲਾਂ ਕਰਦੇ ਹੋ ਜੀ, RSS ਸਾਨੂੰ ਕਿੱਥੇ ਜਿਤਾ ਦੂਗੀ। ਕਈ ਇਹ ਵੀ ਕਹਿੰਦੇ ਕਿ ਜਿਹੜੀ ਪੰਜਾਬ ਵਿਰੋਧੀ ਤਾਕਤਾਂ ਨੇ, ਗੁਆਂਢੀ ਮੁਲਕ ਨੇ, ਉਹ ਇਹ ਸਾਰਾ ਕੁਛ ਕਰਵਾ ਰਹੇ। ਇੱਕ ਸ਼ਖਸ ਦੁਬਈ ਤੋਂ ਆਉਂਦਾ, 2 ਸਾਲਾਂ 'ਚ ਕੇਸ ਰੱਖ ਕੇ ਅੰਮ੍ਰਿਤ ਛਕਾ ਕੇ ਏਡਾ ਵੱਡਾ ਨਾਮ ਕਰ ਲੈਂਦਾ, ਇਹਦੇ ਪਿੱਛੇ ਤਾਕਤਾਂ ਵਿਰੋਧੀ ਇਲਜ਼ਾਮ ਲਗਾਉਂਦੇ। ਇਹ ਤਾਂ ਜੀ ਮਹਾਰਾਜ ਨੇ ਉਹਨੂੰ ਸੇਵਾ ਬਖਸ਼ੀ ਹੈ, ਇਹ ਤਾਂ ਮੈਂ ਲਿਟਰਲੀ ਤੁਹਾਨੂੰ ਕਹਿ ਦਿੰਦਾ ਵੀ ਇਹਦੇ ਪਿੱਛੇ ਕਿਸੇ ਦਾ ਹੱਥ ਨਹੀਂ ਹੈ। ਇਹ ਤਾਂ ਮਹਾਰਾਜ ਨੇ ਜੀ ਤੋਂ ਸੇਵਾ ਲੈਣੀ ਹੈ, ਉਸੇ ਤੋਂ ਸੇਵਾ ਲੈਣੀ ਹੈ। ਜਿਹਨੂੰ ਉੱਪਰ ਚੱਕਣਾ ਉਹ ਮਹਾਰਾਜ ਨੇ ਚੱਕਣਾ, ਉਹਨੂੰ ਉੱਪਰ ਚੱਕ ਕੇ ਉਸ ਤੋਂ ਕੌਮ ਦੀ ਸੇਵਾ ਲੈਣੀ ਹੈ ਤੇ ਮਹਾਰਾਜ ਲੈ ਰਹੇ ਹੈ। ਤੁਸੀਂ ਤੇ ਅੰਮ੍ਰਿਤਪਾਲ ਵਿਕਲਪ ਹੋ ਅਕਾਲੀ ਦਲ ਦਾ ਸਿੱਖਾਂ ਦੇ ਲਈ? ਅਸੀਂ ਵਿਕਲਪ ਤਾਂ ਇਹ ਤਾਂ ਲੋਕੀ ਦੱਸਣਗੇ ਨਾ, ਅਸੀਂ ਕਿਵੇਂ ਕਹਿ ਦਈਏ, ਅਸੀਂ ਕਿਵੇਂ ਕਹਿ ਦਈਏ ਵੀ ਅਸੀਂ ਵਿਕਲਪ। ਨਹੀਂ ਜੀ, ਇਹ ਤਾਂ ਲੋਕੀ ਜਦੋਂ ਅਸੀਂ ਵੋਟ ਲਈ ਅੱਗੇ ਜਾਵਾਂਗੇ, ਜੇ ਲੋਕ ਸਾਡਾ ਸਾਥ ਦੇਣਗੇ ਫਿਰ ਤਾਂ ਅਸੀਂ ਵਿਕਲਪ ਹੈਗੇ ਹੀ ਹੈ, ਜੇ ਨਾ ਦਿੱਤਾ ਫਿਰ ਲੋਕਾਂ ਨੇ ਰਿਜੈਕਟ ਕਰਤਾ ਫਿਰ ਨਹੀਂ ਹੈ। ਪਾਰਲੀਮੈਂਟ ਤੁਸੀਂ ਪਹੁੰਚੇ, ਤੁਹਾਡੇ ਅੱਖਾਂ ਸਾਹਮਣੇ ਰਾਹੁਲ ਗਾਂਧੀ ਬੈਠੇ ਹੋਏ ਸੀ। ਹਾਂਜੀ, ਬੈਠੇ ਸੀ, ਅੱਖਾਂ ਨਾਲ ਅੱਖਾਂ ਮਿਲੀਆਂ, ਆਈ ਕੰਟੈਕਟ ਨਹੀਂ ਹੋਇਆ। ਜਦੋਂ ਤੁਸੀਂ ਕੋਈ ਗੱਲਬਾਤ ਕੀਤੀ ਜਾਂ ਕੋਈ ਗੱਲਬਾਤ ਕਰੋਗੇ ਰਾਹੁਲ ਗਾਂਧੀ ਦੇ ਨਾਲ? ਮੈਂ ਜੀ ਤੁਰਿਆ ਆਉਂਦਾ ਸੀ ਤੇ ਇਕੱਲਾ ਹੀ ਸੀ, ਲੌਬੀ ਚੋਂ ਬਾਹਰ ਆਇਆ ਮੈਂ, ਅੰਦਰ ਜਿੱਥੇ ਬੈਠੇ ਸੀ ਲੌਬੀ 'ਚ ਜਾਂਦਾ ਸੀ ਤੁਰਿਆ, ਉਧਰੋਂ ਇਹ 2 ਜਣੇ ਆਉਂਦੇ ਸੀ, ਹੋਰ ਕੋਈ ਨਹੀਂ ਸੀ ਲੌਬੀ 'ਚ। ਮੈਨੂੰ ਆਵਾਜ਼ ਆਈ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਕੌਣ ਬੋਲਿਆ? ਤੇ ਮੈਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਫਤਿਹ ਜੀ। ਕੌਣ ਬੋਲਿਆ? ਰਾਹੁਲ ਗਾਂਧੀ। ਰਾਹੁਲ ਗਾਂਧੀ ਨੇ ਤੁਹਾਨੂੰ ਸਤਿ ਸ਼੍ਰੀ ਅਕਾਲ? ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਪਹਿਲਾਂ ਨੋਟਿਸ ਨਹੀਂ ਕੀਤਾ ਕੌਣ ਹੈ, ਉਹਨੇ ਦੁਬਾਰਾ ਬੁਲਾਈ, ਰਿਪੀਟ ਕੀਤੀ ਮੇਰੇ ਵੱਲ ਦੇਖ ਕੇ। ਤੁਸੀਂ ਕਿਹਾ ਸਤਿ ਸ਼੍ਰੀ ਅਕਾਲ? ਹਾਂ, ਫਿਰ ਮੈਂ ਜਵਾਬ ਦੇਤਾ, ਕੋਈ ਇਹਦੇ 'ਚ ਮਾੜੀ ਗੱਲ ਨਹੀਂ। ਹੋਰ ਗੱਲਬਾਤ ਹੋਈ? ਸ਼ਾਇਦ ਉਹਨੂੰ ਇਹ ਰਿਲਾਈਜ਼ ਹੋਵੇ ਉਹਦੇ ਮਨ ਦੇ ਵਿੱਚ, ਕੀ ਪਤਾ ਬਈ ਜੋ ਮੇਰੀ ਦਾਦੀ ਨੇ ਕੀਤਾ ਸੀ ਗਲਤ ਸੀ, ਇਹ ਵੀ ਤਾਂ ਗੱਲ ਹੋ ਸਕਦੀ ਹੈ ਨਾ, ਕੀ ਪਤਾ ਉਹਦੇ ਮਨ ਦੇ ਵਿੱਚ ਗੱਲ ਹੋਵੇ, ਤਾਂ ਹੀ ਤਾਂ ਉਹ ਦਰਬਾਰ ਸਾਹਿਬ ਜਾ ਕੇ ਸੇਵਾ ਕਰਦਾ ਹੈ। ਰਾਹੁਲ ਗਾਂਧੀ ਨੂੰ ਪਤਾ ਹੈ ਕਿ ਸਰਬਜੀਤ ਸਿੰਘ ਖਾਲਸਾ ਕੌਣ ਹੈ? ਬਿਲਕੁਲ ਬਿਲਕੁਲ ਪਤਾ ਹੈ ਜੀ ਉਹਨੂੰ, ਉਹਨੂੰ ਕਿਉਂ ਨਹੀਂ ਪਤਾ, ਉਹਨੂੰ ਤਾਂ ਸਭ ਤੋਂ ਪਹਿਲਾਂ ਪਤਾ ਹੋਊਗਾ। ਤੁਸੀਂ ਜਦੋਂ ਰਾਹੁਲ ਗਾਂਧੀ ਨਾਲ, ਹੁਣ ਤਾਂ ਸਤਿ ਸ਼੍ਰੀ ਅਕਾਲ ਤਾਂ ਸ਼ੁਰੂਆਤ ਹੋ ਗਈ, ਸ਼ੁਰੂਆਤ ਆਪਣੇ ਪੰਜਾਬ 'ਚ ਹੁੰਦੀ ਵੀ ਇੱਦਾਂ ਹੀ ਹੈ, ਤੁਸੀਂ ਕੁਛ ਉਹਨਾਂ ਨੂੰ ਕਹਿਣਾ ਚਾਹੋਗੇ ਜਾਂ ਕਦੀ ਗੱਲ ਮਿਲਣਾ ਚਾਹੋਗੇ, ਜੱਫੀ ਪਾਉਣਾ ਚਾਹੋਗੇ, ਜਾਂ ਉਹ ਤੁਹਾਨੂੰ ਅਗਰ, ਕਿਉਂਕਿ ਰਾਹੁਲ ਗਾਂਧੀ ਅਸੀਂ ਦੇਖਿਆ ਪਾਰਲੀਮੈਂਟ 'ਚ ਵੀ ਕਈ ਵਾਰ ਗੱਲ ਲਗਾ ਲੈਂਦੇ ਆ, ਮੁਹੱਬਤ ਦੀ ਦੁਕਾਨ ਦਾ ਜ਼ਿਕਰ ਕਰਦੇ ਆ, ਤੁਸੀਂ ਉਹ ਤੁਹਾਨੂੰ ਗੱਲ ਲਗਾਉਣਗੇ, ਗੱਲ ਮਿਲ ਕੇ ਉਹ ਸਾਰੀਆਂ ਚੀਜ਼ਾਂ ਖਤਮ? ਨਹੀਂ ਜੀ, ਐਸੀ ਗੱਲ ਤਾਂ ਨਹੀਂ ਹੈ, ਜੋ ਮੁੱਦੇ ਹੈ ਉਹ ਤਾਂ ਹੈ ਹੀ ਹੈ। ਹੁਣ ਐਵੇਂ ਹੈ ਨਾ, ਮੈਂ ਵੀ ਜਿੱਦਾਂ ਹੁਣ ਮੇਰੇ ਅੱਗੇ ਹੀ ਆ ਕੇ ਖੜ ਗਿਆ, ਗੱਲ ਹੀ ਲੱਗ ਗਿਆ ਕਰਨ, ਫਿਰ ਮੈਂ ਇਗਨੋਰ ਵੀ ਨਹੀਂ ਨਾ ਕਰ ਸਕਦਾ। ਅਤੇ ਬਾਕੀ ਮੇਰੇ ਮਨ 'ਚ ਇਹ ਕੋਈ ਨਹੀਂ ਹੈ ਜੀ ਬਈ ਜਿਵੇਂ ਮੈਂ ਉਹਨੂੰ ਕੋਈ ਉਹ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ।
ਸਾਰਿਆਂ ਨੂੰ ਪਤਾ, ਲੇਕਿਨ ਕੁਛ ਜਿਹੜੇ ਨਵੇਂ ਨੌਜਵਾਨ ਮੁੰਡੇ ਨੇ ਜਿਨ੍ਹਾਂ ਨੂੰ ਉਹ ਵਾਕਿਆ ਨਹੀਂ ਪਤਾ, ਤੁਹਾਡੀ ਕਿੰਨੀ ਉਮਰ ਸੀਗੀ ਜਾਂ ਉਸ ਵੇਲੇ ਦਾ ਵਾਕਿਆ ਕੋਈ ਗੱਲਬਾਤ ਤੁਹਾਡੇ ਪਰਿਵਾਰ 'ਚੋਂ ਕਿਸੇ ਨੇ ਤੁਹਾਡੇ ਨਾਲ ਸਾਂਝਾ ਕੀਤਾ ਹੋਵੇ ਕਿ ਉਸ ਵੇਲੇ ਪਰਿਵਾਰ 'ਚ ਕਹਿ ਕੇ ਗਏ ਸੀ ਕੀ ਕੁਛ ਸੀਗਾ, ਉਹ ਥੋੜ੍ਹਾ ਜਿਹਾ ਇੱਕ ਵਾਰੀ ਦੱਸ ਦਿੰਦਾ। ਇਹ ਨਾ ਪਹਿਲਾਂ ਤਾਂ ਇਹਨਾਂ ਦੀ ਲਾਈਫ ਸੀ ਸਿੰਪਲ, ਠੀਕ ਹੈ, ਜਿਵੇਂ ਇੱਕ ਆਫੀਸ਼ੀਅਲ ਪੁਲਿਸ ਵਾਲੇ ਦੀ ਹੁੰਦੀ ਹੈ, ਠੀਕ ਹੈ। ਅਤੇ ਇਹਨਾਂ ਦੀ ਡਿਊਟੀ ਸੀ ਇੰਦਰਾ ਗਾਂਧੀ ਨਾਲ, ਇਹਨਾਂ ਦੀ ਕਈ ਵਾਰੀ ਡਿਊਟੀ ਆਲੇ ਦੁਆਲੇ ਲਾ ਦਿੰਦੇ ਸੀ, ਪਰ ਇਹ ਖੁਦ ਆਪਣੀ ਡਿਊਟੀ ਇੰਦਰਾ ਗਾਂਧੀ ਨਾਲ ਲਵਾ ਕੇ ਖੁਸ਼ ਸੀਗੇ ਸ਼ੁਰੂ ਤੋਂ, ਕਿਉਂਕਿ ਕਹਿੰਦੇ ਪਹਿਲਾਂ ਇੰਦਰਾ ਗਾਂਧੀ ਸ਼ਾਇਦ ਸਿੱਖਾਂ ਨੂੰ ਪਿਆਰ ਵੀ ਬਹੁਤ ਕਰਦੀ ਸੀ, ਕਈ ਸਾਰੇ ਅਫਸਰ ਸਿੱਖ ਆਪਣੇ ਆਲੇ ਦੁਆਲੇ ਲਗਾ ਕੇ ਇੰਦਰਾ ਗਾਂਧੀ ਰੱਖਦੀ। ਹਾਂ, ਅਤੇ ਉਹ ਖੁਸ਼ ਵੀ ਸੀਗੇ, ਇੱਕ ਉਹਨਾਂ ਨੂੰ ਇਹ ਸੀ ਬਈ ਜੇ ਮੈਂ ਇੰਦਰਾ ਗਾਂਧੀ ਨਾਲ ਐ ਤਾਂ ਮੈਂ ਮਤਲਬ ਚਲੋ ਥਾਣਿਆਂ ਤੋਂ ਉੱਪਰ ਉੱਠ ਕੇ ਆ ਵੀ ਮੈਂ ਜਿੱਥੇ ਮਰਜ਼ੀ ਪੂਰੇ ਦੇਸ਼ 'ਚ ਕੰਮ ਕਰਵਾ ਸਕਦਾ ਹੈ ਜਾਂ ਮੇਰੀ ਅਲੱਗ ਪਹਿਚਾਣ ਹੈ। ਹਾਂ, ਅਤੇ ਫਿਰ ਅੱਛਾ ਉਹ ਅਸਲ ਗੱਲ ਪਤਾ ਕਿ ਉਹ ਕੇਪੇਬਲ ਬਹੁਤ ਸੀ, ਉਹ ਇੰਟੈਲੀਜੈਂਟ ਸੀਗੇ ਬਹੁਤ ਜ਼ਿਆਦਾ, ਅਤੇ ਤਾਂ ਹੀ ਇੰਦਰਾ ਗਾਂਧੀ ਦੇ ਨੇੜੇ ਸੀ। ਅਫਸਰ ਉਸੇ ਬੰਦੇ ਨੂੰ ਲਾਈਕ ਕਰਦਾ ਜਿਹੜਾ ਕੇਪੇਬਲ ਹੋਵੇ। ਫਿਰ ਉਹ ਇੰਦਰਾ ਗਾਂਧੀ ਬਾਹਰ ਵੀ ਜਾਂਦੀ ਸੀ, ਨਾਲ ਲੈ ਕੇ ਜਾਂਦੀ ਸੀ। ਅਤੇ ਜਦੋਂ ਹੁਣ ਇੰਦਰਾ ਗਾਂਧੀ ਆ ਸਾਰਾ ਕੁਛ ਹੋਣ ਤੋਂ ਪਹਿਲਾਂ ਜਪਾਨ ਗਈ ਸੀ, ਉੱਥੋਂ ਸਾਡੇ ਫਾਦਰ 2 ਕਲਰ ਟੀਵੀ 2 VCR ਲੈ ਕੇ ਆਏ ਸੀ, ਹੋਰ ਬਹੁਤ ਕੁਛ ਲੈ ਕੇ ਆਏ ਸੀ, ਕਿਉਂਕਿ ਉਹਨਾਂ ਦਾ ਨਾ ਬਹੁਤ ਵਧੀਆ ਸੀਗਾ, ਮਤਲਬ ਲੋਕਾਂ ਦੇ ਘਰਾਂ 'ਚ ਬਲੈਕ ਐਂਡ ਵਾਈਟ ਟੀਵੀ ਨਹੀਂ ਸੀ ਹੁੰਦੇ, ਸਾਡੇ ਘਰੇ 2 ਕਲਰ ਟੀਵੀ ਸੀ, ਮਤਲਬ ਬਹੁਤ ਵਧੀਆ ਲਾਈਫ ਚੱਲਦੀ ਸੀ। ਇਹ ਤਾਂ ਜਦੋਂ ਇੰਦਰਾ ਗਾਂਧੀ ਨੇ ਅਟੈਕ ਕੀਤਾ ਨਾ, ਅਤੇ ਉਸ ਤੋਂ ਬਾਅਦ ਜਦੋਂ ਸਾਡੇ ਫਾਦਰ ਸਾਹਿਬ ਦੇਖ ਕੇ ਆਏ ਹੈ, ਦਰਸ਼ਨ ਕਰਕੇ ਆਏ, ਬਸ ਇਹਨਾਂ ਦਾ ਉਦੋਂ ਹੀ ਮਨ ਬਦਲ ਗਿਆ। ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਆਇਆ, ਇਹਨਾਂ ਨੇ ਨਹੀਂ ਕਿਸੇ ਨੂੰ ਦੱਸਿਆ, ਇਹ ਤਾਂ ਸਡਨਲੀ ਇਹਨਾਂ ਨੇ ਜਦ ਦੇਖਿਆ ਬਸ ਇਹਨਾਂ ਦਾ ਮਨ ਬਦਲ ਗਿਆ। ਇਹਨਾਂ ਨੇ ਮਨ ਹੀ ਮਨ ਧਾਰ ਲਿਆ ਵੀ ਹੁਣ ਇਹਦਾ ਬਦਲਾ ਮੈਂ ਲਊਂਗਾ। ਉਸ ਤੋਂ ਪਹਿਲਾਂ ਪਿਆਰ ਸੀ ਬਹੁਤ ਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਫਿਰ ਤਾਂ ਇਹਨਾਂ ਨੇ ਅੰਮ੍ਰਿਤ ਵੀ ਛਕ ਲਿਆ, ਸਾਰਾ ਦਿਨ ਪਾਠ ਕਰਦੇ ਸੀ, ਸਾਰਾ ਦਿਨ ਪਾਠ ਕਰੀ। ਉਸ ਤੋਂ ਬਾਅਦ ਤੁਹਾਡੀ ਕਿੰਨੀ ਉਮਰ ਸੀ ਔਰ ਕੀ ਕੁਛ ਪਰਿਵਾਰ ਦੇ ਹਾਲਾਤ ਬਣੇ? ਮੈਂ 5-6 ਸਾਲ ਦਾ ਸੀ ਜੀ ਉਦੋਂ, ਤੇ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਸਾਰਾ। ਤੇ ਉਦੋਂ ਇਹਨਾਂ ਨੇ ਜਦੋਂ ਅੰਮ੍ਰਿਤ ਛਕ ਲਿਆ ਤੇ ਮਨ ਹੀ ਮਨ ਧਾਰ ਲਿਆ, ਇਹਨਾਂ ਨੇ ਕੇਹਰ ਸਿੰਘ ਨਾਲ ਪਲੈਨਿੰਗ ਕਰ ਲਈ ਬਈ ਅਸੀਂ ਇਹ ਕੰਮ ਕਰਨਾ। ਇਹਨਾਂ ਨੇ ਸਤਵੰਤ ਸਿੰਘ ਰਲਾ ਲਿਆ ਨਾਲ, ਰਲਾਉਣ ਤੋਂ ਬਾਅਦ ਇਹਨਾਂ ਨੇ ਮਤਲਬ ਇਹ ਨਾ ਪੂਰੇ ਜਿਹਨੂੰ ਕਹੀਦਾ ਨਾ ਫਿਰ ਸਿੱਖੀ ਯੋਧੇ, ਸਿੱਖਾਂ ਦੇ ਜਿੱਦਾਂ ਕੌਮ ਦੇ ਯੋਧੇ ਬਣ ਗਏ। ਇੱਕ ਤਾਂ ਇਹਨਾਂ ਨੇ ਜਦ ਇੰਦਰਾ ਗਾਂਧੀ ਮਾਰੀ ਇਹ ਭੱਜੇ ਨਹੀਂ, ਨਹੀਂ ਜੀ ਕਿਸੇ ਨੂੰ ਨਹੀਂ ਸੀ ਪਤਾ। ਮੈਂ ਅੱਜ ਤੁਹਾਨੂੰ ਦੱਸ ਦਿੰਦਾ ਆਫੀਸ਼ੀਅਲੀ, ਇੱਕ ਬੰਦੇ ਨੂੰ ਪਤਾ ਸੀ, ਉਹਦੇ ਕੋਲ ਸਾਡੇ ਪਾਸਪੋਰਟ ਵੀ ਪਏ ਸੀ। ਡੈਡੀ ਨੇ ਸਾਡੇ ਨੇ ਕਿਹਾ ਸੀ ਬਈ ਤੂੰ ਨਾ ਆਹ ਪਾਸਪੋਰਟ ਲੈ, ਮੇਰੇ ਨਿਆਣਿਆਂ ਨੂੰ ਅਮਰੀਕਾ ਦਾ ਜਹਾਜ਼ ਚੜਾ ਦੀਆਂ, ਚੱਕ ਪਾਸਪੋਰਟ, ਤੈਨੂੰ ਟਿਕਟਾਂ ਵੀ ਲੈ ਤੀਆਂ। ਸੀਗਾ ਕੋਈ ਬੰਦਾ, ਉਹ ਜਦੋਂ ਉਹਨਾਂ ਨੂੰ ਕਰਤਾ ਸਾਰਾ ਕੰਮ ਕਰਤਾ, ਉਹਨੇ ਨਾ ਜਦੋਂ ਪੁਲਿਸ ਅਫੋ ਤਬੜੀ ਪੈ ਗਈ ਤੇ ਉਹਨੇ ਸਾੜਤੇ ਉਹ ਗੈਸ ਤੇ ਰੱਖ ਕੇ। ਹੋਰ ਕਿਸੇ ਬੰਦੇ ਨੂੰ ਕੁਛ ਨਹੀਂ ਸੀ ਪਤਾ ਬਈ ਇਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ। ਉਹ ਬੰਦੇ ਨੇ ਕਿਹਾ ਤੇ ਕਹਿੰਦਾ ਯਾਰ ਤੂੰ ਆਹ ਕੰਮ ਲੱਗਿਆ ਨਾ ਕਰਨ ਵੀ ਮੈਂ ਇੰਦਰਾ ਗਾਂਧੀ ਨੂੰ ਦੱਸ ਦੇਣਾ। ਇਹ ਕਹਿੰਦੇ ਉਹਨੂੰ ਕਿਹਾ ਇਹਨਾਂ ਨੇ ਬਈ ਜੇ ਤੂੰ ਇੰਦਰਾ ਗਾਂਧੀ ਨੂੰ ਦੱਸ ਦੇਗਾ, ਮੰਨਿਆ ਵੀ ਤੂੰ ਜਾ ਕੇ ਦੱਸ ਦੇ ਘਰੇ, ਦੱਸ ਦੇ ਮੇਰੇ, ਫਿਰ ਕੀ ਇੰਦਰਾ ਗਾਂਧੀ ਮੈਨੂੰ ਛੱਡ ਦੇਊਗੀ? ਜਾਂ ਤਾਂ ਤੂੰ ਕਿਹਾ ਵੀ ਮੈਨੂੰ ਛੱਡ ਦੇਣਗੇ, ਮਾਰ ਤਾਂ ਇਹਨਾਂ ਨੇ ਫਿਰ ਵੀ ਮੈਨੂੰ ਦੇਣਾ ਹੀ ਹੈ, ਫਿਰ ਕਾਹਨੂੰ ਆਪਾਂ ਯੋਧਿਆਂ ਵਾਲੀ ਮੌਤ ਮਰੀਏ?
ਕਿ ਉਹਨੇ ਆਪਣੀ ਕੌਮ ਦੇ ਲੇਖੇ ਲੱਗੀ ਹੈ, ਫਿਰ ਇਹਨਾਂ ਨੇ ਉਹ ਕਰਤਾ ਸੀ। ਫਿਰ ਹੁਣ ਅੰਮ੍ਰਿਤਪਾਲ ਤੇ ਤੁਸੀਂ ਕਿਹੜੇ ਮਸਲੇ ਸਭ ਤੋਂ ਪਹਿਲਾਂ ਪਾਰਲੀਮੈਂਟ 'ਚ ਚੱਕੋਗੇ? ਅਸੀਂ ਜੀ ਸਭ ਤੋਂ ਪਹਿਲਾਂ ਜਿਹੜਾ ਅੰਮ੍ਰਿਤਪਾਲ ਦੇ ਕੋਲ ਮੁੱਦਾ ਚੱਲਿਆ ਆਉਂਦਾ ਨਾ ਨਸ਼ਿਆਂ ਦਾ, ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਅੱਗੇ ਵਧਾਈਏ ਅਸੀਂ ਇਹਨੂੰ, ਅਤੇ ਪੰਜਾਬ 'ਚ ਪਹਿਲਾਂ ਤਾਂ ਨਸ਼ੇ ਖਤਮ ਕਰੀਏ। ਬਾਕੀ ਹੋਰ ਤਾਂ ਹੋਰ ਵੀ ਬਹੁਤ ਮੁੱਦੇ ਆ, ਮੁੱਦੇ ਤਾਂ ਇੰਨੇ ਆ ਪੰਜਾਬ ਦੇ ਵਿੱਚ, ਤੁਸੀਂ ਕਹਿਣੇ ਛੱਡ ਦਿਉ ਕਿਉਂਕਿ ਹਰੇਕ ਉਸ 'ਤੇ ਹੀ ਵਿਤਕਰਾ ਹੁੰਦਾ ਪੰਜਾਬ ਨਾਲ। ਕਲਾਸ ਵਾਲ, ਤੁਸੀਂ ਮੈਂਬਰ ਪਾਰਲੀਮੈਂਟ ਬਣੇ, ਉਸ ਤੋਂ ਬਾਅਦ ਕਈ ਵਿਰੋਧੀ ਕਹਿਣ ਲੱਗ ਪਏ, ਕਹਿੰਦੇ ਕਿ ਕੌਮ ਨੇ ਪੈਸੇ ਭੇਜੇ, ਗੱਡੀ ਲੈ ਲਈ, ਕੁਰਤੇ ਪਜਾਮੇ ਵਧੀਆ ਵਧੀਆ ਸਵਾਉਣ ਲੱਗ ਪਏ, ਟ੍ਰੋਲ ਹੋਣ ਲੱਗ ਪਏ, ਤੁਸੀਂ ਸੋਸ਼ਲ ਬਹੁਤ ਕੁਛ ਕਰ ਲਿਆ ਜੀ। ਕਿ ਮੈਨੂੰ ਹੁਣ ਕੌਮ ਮੈਨੂੰ ਕਹਿੰਦੀ ਹੈ, ਕਹਿੰਦੇ ਜੀ ਬਾਹਰਲੇ ਜਿਹੜੇ ਮੇਰੇ ਬੰਦੇ ਮੇਰੇ ਸਹੀ ਮਨੋਂ ਚਾਹੁੰਦੇ ਹੈ, ਉਹ ਕਹਿੰਦੇ ਬਾਈ ਜੀ ਬਈ ਜਿਸ ਦਿਨ, ਉਹ ਤਾਂ ਹਲੇ ਫੋਰਚੂਨਰ ਕਹਿੰਦੇ ਸੀ, ਕਹਿੰਦੇ ਮਰਸਡੀਜ਼ ਲੈ ਲਓ, ਫੋਰਚੂਨਰ ਲੈ ਲਓ, ਜਿਹੜੀ ਮਰਜ਼ੀ ਗੱਡੀ 'ਤੇ ਤੁਸੀਂ ਹੱਥ ਰੱਖੋਗੇ ਅਸੀਂ ਦਵਾਵਾਂਗੇ। ਕਹਿੰਦੇ ਵੀ ਸਾਡਾ ਕੌਮ ਦਾ ਲੀਡਰ, ਜੋ ਉਹਨਾਂ ਦਾ ਕਹਿਣਾ ਵੀ ਸਾਡਾ ਬੰਦਾ ਪਾਰਲੀਮੈਂਟ 'ਚ ਜਾਵੇ ਅਤੇ ਕੋਈ ਛੋਟੀ ਮੋਟੀ ਗੱਡੀ 'ਚ ਨਾ ਜਾਵੇ, ਪਤਾ ਲੱਗੇ ਸਾਰੇ ਪਾਰਲੀਮੈਂਟ ਦੇ ਵਿੱਚ ਸਾਰੇ ਮੈਂਬਰਾਂ ਨੂੰ ਵੀ ਇਹਦੇ ਪਿੱਛੇ ਵੀ ਕੋਈ ਹੈ। ਉਹ ਕਹਿੰਦੇ ਵੀ ਟੌਪ ਦੀ ਘੜੀ, ਟੌਪ ਦੇ ਕੱਪੜੇ ਅਤੇ ਟੌਪ ਦੀ ਗੱਡੀ 'ਚ ਹੀ ਜਾਣਾ ਹੈ ਵੀ ਪਤਾ ਲੱਗੇ ਵੀ ਕੋਈ ਆਇਆ, ਬਸ। ਕਹਿੰਦੇ ਵੀ ਇਹ ਨਾ ਹੋਵੇ ਕੱਲ ਨੂੰ ਉੱਥੇ ਗੱਲ 'ਚ ਉਤਰ ਪਵੇ ਯਾਰ ਉਹ ਤਾਂ ਐਂ ਟੁੱਟੀ ਜਿਹੀ ਗੱਡੀ 'ਚ ਆਇਆ ਸੀ, ਛੋਟੀ ਜਿਹੀ 'ਚ ਕੱਪੜੇ ਵੀ ਐਂ ਸੀ, ਕੋਈ ਨਾ ਘੜੀ ਲਾਈ ਨਾ ਕੁਛ ਲੈਣ ਨਾ ਦੇਣ। ਮੈਨੂੰ ਉਹਨਾਂ ਨੇ ਸਟੋਪ ਦੀ ਘੜੀ ਲਈ, ਬਿਲਕੁਲ ਦਿਖਾ ਵੀ ਦਿਓ। ਲੋਕਾਂ ਨੇ ਪਤਾ ਕੀ ਕਹਿਣਾ ਸੀ, ਜਿਹਨਾਂ ਨੇ ਵਿਰੋਧ ਕਰਨਾ ਉਹਨਾਂ ਨੇ ਤਾਂ ਦੇਖੋ ਕਰਨਾ ਹੀ ਹੈ। ਗੱਲ ਇਹ ਆ ਵੀ ਜੇ ਮੈਂ 2 ਮਹੀਨੇ ਬਾਅਦ ਲੈ ਲੈਂਦਾ, ਉਹਨਾਂ ਨੇ ਕਹਿਣਾ ਸੀ ਗ੍ਰਾਂਟ ਆਈ ਹੈ ਲੋਕਾਂ ਨੂੰ ਤਾਂ ਵੰਡੀ ਨੀ, ਪਹਿਲਾਂ ਆਪਣੀ ਗੱਡੀ ਲੈ ਲਈ। ਇਹ ਗੱਲ ਕਹਿਣੀ ਸੀ ਨਾ, ਮੰਨਦੇ ਹੋ ਨਾ ਗੱਲ? ਇਹ ਮੈਂ ਤਾਂ ਹੀ ਪਹਿਲਾਂ ਲਈ ਹੈ, ਕਿ ਤਾਂ ਮੈਂ ਪਾਰਲੀਮੈਂਟ ਪਹਿਲਾਂ ਜਾਣਾ ਸੀ। ਮੈਂ ਕਿਹਾ ਵੀ ਇਹਨਾਂ ਨੂੰ ਐਟਲੀਸਟ ਇਹ ਨਾ ਮੌਕਾ ਮਿਲ ਜਾਵੇ ਕਹਿਣ ਦਾ ਵੀ ਗੱਡੀ ਗ੍ਰਾਂਟ ਦੇ ਪੈਸਿਆਂ 'ਚੋਂ ਲੈ ਲਈ, ਕਿਸੇ ਦਾ ਮੂੰਹ ਤਾਂ ਫੜ ਨਹੀਂ ਸਕਦੇ।